है जी। मैं थोड़ा अपना पत्रकार चरणजीत सिंह चंद। दर्शकों, अज एक जगराओं का मामला काफ़ी नामी ग्रामी फैमिली है, नीरू अरोड़ा जी जिन्होंने हसबेंड का नाम है संदीप कुमार किंका, ओबीसी सैल कांग्रेस पार्टी के चेयरमैन। अज उन्होंने वाइफ अपने बच्चों SSP दफ्तर एक दरखास्त लैके पहुंची है। उन्होंने यह इल्जाम है अपने पति किंका जी के कि उन्होंने उन्होंने चैकबुक चोरी करके डुप्लीकेट सैन करके बैंक की मिली भुगत उन्होंने अकाउंट में पैसे विड्रॉ कर ले कढ़वा ले। और इन्होंने पहले भी SSP दफ्तर केस चल रहा है कि टिंका जी के किसी औरत नजायज संबंध हैं और वह हम टिंका जी घरे नहीं रह रहे कि उस औरत कई दिनों तो रह रहे हैं। दर्शकों, आप गल करांगे इन्हां दी फैमिली नाल, नीरू अरोड़ा जी नाल ते उन्हां दे बच्चियां नाल। आपां कोशिश करांगे कि इस खबर दीआं होर कड़ियां जां जिन्हां ते जिस औरत ने इन्हां ने इल्जाम लगाया है उन्हां नाल मिलन दी भी कोशिश करांगे। आपां गल करांगे होर पात्रां नाल। दर्शकों, आओ हुण तुहानूं बुलाउंदे हां नीरू अरोड़ा दे नाल ते उन्हां दी फैमिली दे नाल। की नाम है जी अपना? नीरू अरोड़ा। हाँ जी, तुसीं अज इत्थे SSP ऑफिस आए हो, की कंप्लेंट आई आपणी? मैं अज इत्थे एक कंप्लेंट लेके आई सी अपने हस्बैंड दी। की नाम है जी उनका? संदीप कुमार अरोड़ा, कुमार मेडिकल। हाँ जी, की कंप्लेंट है जी? उन्होंने मेरी चेकबुक ते मेरे चेक उत्ते अपने डुप्लीकेट साइन जाली साइन करके ते पैसे कटवाए हुए है। मैं पहले भी SSP ऑफिस उन्होंने कंप्लेंट दे के गई सी जो कि उन्होंने एक नजायज लेडी नू रखिया हुआ है और साढ़े नाल सारे नाल बहुत धक्का हो रहा है। मेरे ए दो बेटियां है। थोड़ी सुनवाई हुई है SSP साहब नू मिले थे, उन्होंने की किया जी? हुण सुनवाई साड़ी हो रही है पर जिस दिन वो बुलाया जांदा है उस दिन वो लेडी तरीक ते नहीं आ रही। ਤੁਸੀਂ ਹੁਣ SSP ਸਾਹਿਬ ਨੂੰ ਕੰਪਲੇਂਟ ਦੇ ਕੇ ਆਏ ਹੋ, ਤੁਹਾਨੂੰ ਉਹਨਾਂ ਨੇ ਕੀ ਕਿਹਾ ਜੀ? ਉਹਨਾਂ ਨੇ ਹੁਣ SP ਸਰ ਨੂੰ ਕਹਿ ਰਹੇ ਹਨ ਕਿ ਅੱਜ ਮਾਰਕ ਕਰਕੇ ਦਿੱਤੀ ਹੈ ਤੇ ਤੁਹਾਨੂੰ ਮੈਸੇਜ ਆ ਜਾਏਗਾ। ਕੀ ਨਾਮ ਆਪਣਾ ਜੀ? ਸਾਕਸ਼ੀ ਅਰੋੜਾ। ਕੀ ਮੈਟਰ ਹੈਗਾ, ਕੀ ਤੁਹਾਡੇ ਫਾਦਰ ਨੇ ਜਿਹੜਾ ਹੈਗਾ ਤੁਹਾਡੇ ਘਰ ਦੇ ਵਿੱਚ? ਪਾਪਾ ਨੇ ਬਾਹਰ ਕਿਤੇ ਦੂਸਰੇ ਰਿਲੇਸ਼ਨ ਰੱਖੇ ਹੋਏ ਹੈ, ਮੰਮਾ ਨੂੰ ਜਾਣ ਕੇ ਧਮਕਾ ਕੇ ਝੂਠੇ ਇਲਜ਼ਾਮ ਲਗਾ ਕੇ ਕੋਸ਼ਿਸ਼ ਕਰ ਰਹੇ ਹੈ ਕਿ ਡਿਵੋਰਸ ਲਿੱਤਾ ਜਾਵੇ, ਉਹਦੇ ਲਈ ਫੋਰਸ ਕਰ ਰਹੇ ਹੈ ਹਰ ਸਾਈਡ ਤੋਂ ਤੇ ਸਾਨੂੰ ਕਹਿੰਦੇ ਕਿ ਅਸੀਂ ਗੋਲੀ ਨਾਲ ਉਡਾ ਦੇਣਾ, ਇਹ ਕਰ ਦੇਣਾ, ਉਹ ਕਰ ਦੇਣਾ। ਮੇਰੀ ਬਹੁਤ ਪਹੁੰਚ ਹੈ, ਤੁਹਾਡਾ ਕੁਛ ਨਹੀਂ, ਕਿਸੇ ਨੇ ਸੁਣਨਾ, ਸਾਡੀ ਸੁਣਵਾਈ ਨਹੀਂ ਕਿਤੇ ਹੋਣੀ। ਕੀ ਨਾਮ ਹੈ ਜੀ ਆਪਣਾ? ਮੇਰਾ ਨੇਮ ਗਲਿਸਪੀ ਅਰੋੜਾ ਹੈ। ਤੁਹਾਡੇ ਪਿਤਾ ਜੀ ਨਾਮ ਕੀ ਹੈ ਜੀ? ਸੰਦੀਪ ਕੁਮਾਰ। ਕੀ ਮੈਟਰ ਹੈਗਾ ਜੀ ਤੁਹਾਡੇ ਫੈਮਿਲੀ ਦਾ? ਜੀ ਉਹਨਾਂ ਨੇ ਕੋਈ ਸੈਕਿੰਡ ਲੇਡੀ ਆ, ਉਹਨਾਂ ਨਾਲ ਉਹਨਾਂ ਦੇ ਨਾਜਾਇਜ਼ ਰਿਲੇਸ਼ਨ ਚੱਲ ਰਿਹਾ ਤੇ ਉਹਨਾਂ ਨੇ ਸਾਨੂੰ ਮਾਰਨ ਕੁੱਟਣ ਤੇ ਵੀ ਆਂਦੇ ਆ, ਸਾਡੀ ਫੀਸਾਂ ਸਾਰੀਆਂ ਬੰਦ ਕਰਤੀਆਂ ਤੇ ਹੁਣ ਉਹਨਾਂ ਨੇ ਜਿਵੇਂ ਮੰਮਾ ਦੇ ਜਾਲੀ ਸਾਈਨ ਕਰਕੇ ਉਹਨਾਂ ਨੇ ਚੈੱਕ ਵਿਦਡਰਾ ਕਰ ਲਿਆ ਕਾਫੀ ਜ਼ਿਆਦਾ ਅਮਾਊਂਟ ਦਾ। ਤੁਹਾਡੇ ਪਿਤਾ ਜੀ ਤੁਹਾਡੇ ਨਾਲ ਰਹਦੇ ਹੋ? ਨਹੀਂ, ਉਸ ਘਰ ਛੱਡ ਕੇ ਜਿਸ ਦਿਨ ਅਸੀਂ ਕੰਪਲੇਂਟ ਪਹਿਲੀ ਕੀਤੀ ਉਸ ਦਿਨ ਦੇ ਹੀ ਉਹ ਘਰੋਂ ਚਲੇ ਗਏ। ਕਿੰਨੇ ਦਿਨ ਹੋ ਗਏ? ਕਾਫੀ ਚਿਰ ਹੋ ਗਿਆ, ਮਹੀਨਾ ਹੋ ਗਿਆ। ਦਰਸ਼ਕੋ, ਤੁਸੀਂ ਸੁਣਿਆ ਨੀਰੂ ਅਰੋੜਾ ਦੀ ਜ਼ੁਬਾਨੀ ਤੇ ਉਹਨਾਂ ਦੇ ਬੱਚਿਆਂ ਦੀ ਜ਼ੁਬਾਨੀ। ਅਸੀਂ ਇਸ ਦੇ ਬਾਬਤ ਸੰਦੀਪ ਕੁਮਾਰ ਕਿੰਕਾ ਜੀ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਜੋ ਇਹ ਮੇਰੇ ਤੇ ਚੈੱਕ ਦਾ ਇਲਜ਼ਾਮ ਲਗਾ ਰਹੇ ਹਨ ਇਹ ਬਿਲਕੁਲ ਬੇਬੁਨਿਆਦ ਤੇ ਝੂਠੇ ਹਨ। ਹਾਲਾਂਕਿ ਮੇਰੇ ਕੰਨਿਓ ਇਹਨਾਂ ਦਾ ਖਰਚਾ ਬੰਦ ਕਰ ਦਿੱਤਾ ਗਿਆ ਹੈ, ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੋਣ ਕਰਕੇ ਪਰੇਸ਼ਾਨ ਆ ਅਤੇ ਹੁਣ ਇਹ ਮੇਰੇ ਤੇ ਪੁਲਿਸ ਦੇ ਕੋਲੇ ਝੂਠੀਆਂ ਦਰਖਾਸਤਾਂ ਦੇ ਕੇ ਮੇਰੇ ਤੇ ਦਬਾਅ ਪਾ ਰਹੇ ਹਨ, ਜਦਕਿ ਮੈਂ ਇਹਨਾਂ ਨੂੰ ਤਲਾਕ ਲੈਣ ਦਾ ਪਹਿਲਾਂ ਹੀ ਫੈਸਲਾ ਕਰ ਚੁੱਕਿਆ ਹਾਂ ਜਿਸ ਦੇ ਲਈ ਕਿ ਮੈਂ ਐਪਲੀਕੇਸ਼ਨ ਪਾਈ ਹੋਈ ਹੈ। ਦਰਸ਼ਕੋ, ਆਓ ਤੁਸੀਂ ਹੁਣ ਦੇਖਿਆ ਕਿ ਕੀ ਹੈ, ਦੋਨਾਂ ਦੇ ਪੱਖ ਸੁਣੇ ਹੈ ਤੇ ਹੁਣ ਤੁਸੀਂ ਆਪ ਹੀ ਫੈਸਲਾ ਕਰੋ ਕਿ ਇਹਦੇ ਵਿੱਚ ਕੀ